ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ ਅਭਿਆਸ 3.1 ਦੇ 6 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ, 6 ਨੰਬਰ ਸਵਾਲ ਦੇ ਏ ਭਾਗ ਦੇ ਉੱਤੇ। ਠੀਕ ਹੈ, ਤਾਂ ਧਿਆਨ ਨਾਲ ਪੜ੍ਹੋ। ਕਹਿੰਦਾ 4 × 9 ਬਰਾਬਰ 36 ਵਿੱਚ 36 ਦੇ ਗੁਣਨ ਖੰਡ, 36 ਦੇ ਆ ਬੇਟਾ ਗੁਣਨ ਖੰਡ ਹੈ ਜਿਹੜੇ ਇਹਦੇ 'ਤੇ ਪੂਰਾ ਪੂਰਾ ਵੰਡ ਦਿੰਦੇ ਇਹਨੂੰ। 4 ਨਾਇਆ 36, ਤਾਂ 4 ਅਤੇ 9, 36 ਦੇ ਕੀ ਹੋ ਗਏ ਗੁਣਨ ਖੰਡ, ਇਹਦੇ ਗੁਣਨ ਖੰਡ 4 ਅਤੇ 9 ਹਨ। 36 ਕੀ ਹੈ, 9 ਦਾ ਵੀ ਗੁਣਜ ਹੈ ਅਤੇ 4 ਦਾ ਵੀ ਗੁਣਜ ਹੈਗਾ ਆ। 9 ਅਤੇ 4 36 ਦੇ ਗੁਣਨ ਖੰਡ ਹੈਗੇ ਆ। ਠੀਕ ਹੈ ਬੇਟਾ, ਤੁਹਾਨੂੰ ਗੁਣਜ ਅਤੇ ਗੁਣਨ ਖੰਡਾਂ ਦਾ ਕੰਸੈਪਟ ਆ ਜਿਹੜਾ ਉਹ ਕਲੀਅਰ ਹੋਣਾ ਚਾਹੀਦਾ। ਅੱਗੇ ਬੇਟਾ ਆ ਗਏ ਆਪਾਂ ਸਵਾਲ ਨੰਬਰ 20 ਦੇ ਉੱਤੇ। ਠੀਕ ਹੈ, ਸਵਾਲ ਨੰਬਰ 20 ਇਹਦਾ ਆ ਗਿਆ, 6ਵੇਂ ਦਾ 20 ਭਾਗ ਆ ਗਿਆ। ਕਹਿੰਦਾ 8 × 7 ਬਰਾਬਰ 56 ਵਿੱਚ 56 ਦੇ ਗੁਣਨ ਖੰਡ 8 ਅਤੇ 7 ਹਨ। 8 ਅਤੇ 7 ਕੀ ਹੈ, 56 ਦੇ ਗੁਣਨ ਖੰਡ ਹੈ। ਠੀਕ ਹੈ ਬੇਟਾ, ਤਾਂ ਅੱਗੇ ਜੇ ਕਹਿ ਦਈਏ 56 ਜਿਹੜਾ ਹੈਗਾ ਉਹ 7 ਦਾ ਵੀ ਗੁਣਜ ਆ ਅਤੇ 8 ਦਾ ਵੀ ਗੁਣਜ ਆ, ਇਸ ਭਾਸ਼ਾ 'ਚ ਵੀ ਆਪਾਂ ਕਹਿ ਸਕਦੇ, ਪਰ ਉਹ ਪੁੱਛਦਾ ਪਿਆ ਇਹਦੇ ਗੁਣ ਖੰਡ ਹੈ। ਠੀਕ ਹੈ ਬੇਟਾ, ਅੱਗੇ ਕੀ ਕਹਿੰਦਾ ਪਿਆ, ਕਹਿੰਦਾ 3 × 5 × 6 90 ਵਿੱਚ ਬਰਾਬਰ 90 ਵਿੱਚ 3, 5 ਅਤੇ 6 90 ਦੇ ਗੁਣ ਖੰਡ ਹਨ। 3, 5 ਅਤੇ 6 ਕੀ ਹੈ, 90 ਦੇ ਗੁਣਨ ਖੰਡ ਹੈਗੇ ਆ। ਠੀਕ ਹੈ ਬੇਟਾ, ਗੱਲ ਕਲੀਅਰ ਹੋ ਗਈ, ਸੌਖਾ ਹੀ ਆ ਕੰਮ। ਅੱਗੇ ਕਹਿੰਦਾ ਪਿਆ 8 × 10 ਵਿੱਚ ਬਰਾਬਰ 80 ਵਿੱਚ 8 ਅਤੇ 10 ਦਾ ਗੁਣਜ 80 ਹੈ। ਹੁਣ ਬੇਟਾ 8 ਅਤੇ 10 ਗੁਣ ਖੰਡ ਨਹੀਂ ਪੁੱਛੇ, 8 ਅਤੇ 10 ਦਾ ਗੁਣਜ ਪੁੱਛਿਆ ਉਹਨੇ। ਤਾਂ 8 ਅਤੇ 10 ਦਾ ਗੁਣਜ ਜਿਹੜਾ 8 ਦੇ ਪਹਾੜੇ 'ਤੇ ਵੀ 80 ਆਉਂਦਾ, 10 ਦੇ ਪਹਾੜੇ 'ਤੇ ਵੀ 80 ਆਉਂਦਾ, ਤਾਂ ਉਹ ਸਾਰੇ ਗੁਣਜ ਹੁੰਦੇ ਆ। ਤਾਂ 8 ਅਤੇ 10 ਦਾ ਗੁਣਜ ਕੀ ਹੋ ਗਿਆ, 80 ਹੋ ਗਿਆ। ਠੀਕ ਹੈ ਬੇਟਾ, ਇਹ ਜਦੋਂ ਵਾਰ ਵਾਰ ਅਭਿਆਸ ਕਰੋਗੇ ਤਾਂ ਤੁਹਾਨੂੰ ਇਹ ਗੱਲ ਕਲੀਅਰ ਹੁੰਦੀ ਜਾਊਗੀ। ਗੁਣਜ ਅਤੇ ਗੁਣ ਖੰਡ, ਗੁਣ ਖੰਡ ਛੋਟੇ ਹੁੰਦੇ ਆ, ਗੁਣਜ ਆ ਜਿਹੜਾ ਉਹ ਪਹਾੜੇ ਦੇ ਉੱਤੇ ਚੱਲਦਾ ਆ। ਠੀਕ ਹੈ, ਅੱਗੇ 2, 3, 6, 5 30 ਦੇ ਵਿੱਚ 2, 3 ਅਤੇ 5 ਦਾ ਗੁਣਜ 30 ਹੈ। ਉਹੀ ਗੱਲ ਆ ਗਈ ਨਾ, ਘੁਮਾ ਕੇ ਪੁੱਛਦਾ ਪਿਆ, 2, 3 ਅਤੇ 5 ਦਾ ਗੁਣਜ 30 ਹੈ। 5 ਦੇ ਪਹਾੜੇ 'ਤੇ ਵੀ 30 ਆਉਂਦਾ, 3 ਦੇ ਪਹਾੜੇ 'ਤੇ ਵੀ 30 ਆਉਂਦਾ, 2 ਦੇ ਪਹਾੜੇ 'ਤੇ ਵੀ 30 ਆਉਂਦਾ ਆ। ਠੀਕ ਹੈ ਬੇਟਾ, ਤਾਂ ਇਹਦੇ ਨਾਲ ਹੀ ਬੇਟਾ 6 ਨੰਬਰ ਦੇ ਈ ਤੱਕ ਭਾਗ ਸਾਡੇ ਕੰਪਲੀਟ ਹੋ ਗਏ, ਅਤੇ ਅਗਲਾ ਸਵਾਲ ਹੈ ਜਿਹੜਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।